खेडा वतन पंजाब दियां दौरान हैलमेट ना पाउण करके स्केटिंग मुकाबले दे विचों बाहर कढ़े गए गुरसिख बच्चे रियाज प्रताप सिंह दा मसला एसडीएम दफ्तर पहुंचे। एसडीएम नवदीप कुमार दी अगवाई दे विच इक बैठक हुई है जिस दे विच रियाज प्रताप सिंह दे मापे अते खेड मुकाबलियां दे प्रबंधक पहुंचे सन, जिथे एसडीएम दी अगवाई दे विच इस मसले नूं गंभीरता दे नाल विचारिया गया। रियाज प्रताप सिंह दे पिता निशान सिंह दी एसडीएम दे दफ्तर दे विच की गलबात हुई है, इस दे बारे उन्हां दे नाल गलबात कर रहे हैं। ਕੱਲ ਐਸ ਡੀ ਐਮ ਦਫ਼ਤਰ ਚ ਕੀ ਗੱਲ ਹੋਈ ਤੁਹਾਡੀ? ਮੈਡਮ, ਐਸ ਡੀ ਐਮ ਦਫ਼ਤਰ ਦੇ ਵਿੱਚ ਅਸੀਂ ਆਪਣਾ ਪੱਖ ਰੱਖ ਆਏ ਸੀਗੇ ਵੀ ਬੱਚੇ ਨੂੰ ਮੌਕੇ ਤੇ ਬੱਚੇ ਤੋਂ ਦਸਤਾਰ ਮਤਲਬ ਉਸਨੇ ਪਟਕਾ ਬੰਨਿਆ ਹੋਇਆ ਸੀ, ਉਸ ਤੋਂ ਮਤਲਬ ਹੈਲਮਟ ਨਹੀਂ ਲਿਆ ਗਿਆ ਕੋਲੋਂ, ਤਾਂ ਬੱਚੇ ਉਹਨੇ ਕੋਚਿੰਗ ਨੇ ਜਿਵੇਂ ਇੱਕ ਰਾਊਂਡ ਪੂਰਾ ਹੋਣ ਤੋਂ ਬਾਅਦ ਬੱਚੇ ਨੂੰ ਹੱਥ ਫੜ ਕੇ ਬਾਹਰ ਕੱਢਤਾ। ਅਸੀਂ ਆਪਣਾ ਜਿਹੜਾ ਜਿੰਨਾ ਵੀ ਆਪਣਾ ਪੱਖ ਸੀਗਾ ਉਹ ਰੱਖ ਆਏ ਸੀਗੇ ਅਤੇ ਉਧਰੋਂ ਡੀ ਆਫਿਸ ਵੱਲੋਂ ਉਹਨਾਂ ਟੀਮ ਆਈ ਹੋਈ ਅਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਜੀ। ਅਤੇ ਇਸ ਤੋਂ ਬਾਅਦ ਜੋ ਅਸੀਂ ਐਸ ਡੀ ਐਮ ਸਾਹਿਬ ਨੂੰ ਇਹੀ ਕਿਹਾ ਸੀ ਵੀ ਜੋ ਸਰਕਾਰ ਪੰਜਾਬ ਸਰਕਾਰ ਜਾਂ ਵਿਭਾਗ ਦੇ ਇਸ ਤੇ ਕਾਰਵਾਈ ਕਰਨਗੇ ਉਹ ਤੁਹਾਨੂੰ ਮਨਜ਼ੂਰ ਹੋਊਗੀ ਜੀ। ਜੀ, ਉਹਨਾਂ ਦੇ ਵੱਲੋਂ ਹੁਣ ਕੀ ਵਿਸ਼ਵਾਸ ਦਵਾਇਆ ਗਿਆ? ਐਸ ਡੀ ਐਮ ਸਾਹਿਬ ਨੇ ਇਹੀ ਕਿਹਾ ਸੀ ਵੀ ਤੁਹਾਡਾ ਅਸੀਂ ਪੱਖ ਨੋਟ ਕਰ ਲਿਆ ਤਾਂ ਮੈਂ ਇਹਦੀ ਪੂਰੀ ਫਾਈਲ ਬਣਾ ਕੇ ਆਪਣੇ ਉੱਪਰ ਵਿਭਾਗ ਨੂੰ ਭੇਜ ਦੂੰਗਾ ਜੀ। ਜੀ, ਤੁਸੀਂ ਸੰਤੁਸ਼ਟ ਹੋ ਫਿਰ ਉਹਨਾਂ ਨੇ ਜੋ ਕਿਹਾ ਤੁਹਾਨੂੰ? ਮੈਡਮ, ਚਲੋ ਅਸੀਂ ਤਾਂ ਪ੍ਰਸ਼ਾਸਨ ਅਧਿਕਾਰੀਆਂ ਕੋਲ ਹੀ ਆਪਣਾ ਪੱਖ ਰੱਖਣਾ ਜੀ। ਹਾਂ, ਅਗਰ ਸਾਡੇ ਮੰਨ ਲਓ ਇਸ ਤੇ ਕੀ ਕਾਰਵਾਈ ਹੁੰਦੀ ਆ ਇਸ ਦੀ ਅਸੀਂ ਹੁਣ ਵੇਟ ਕਰਾਂਗੇ ਜੀ। ਜੀ, ਇੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ 20 ਸਤੰਬਰ ਤੋਂ ਰਿਆਜ਼ ਪ੍ਰਤਾਪ ਸਿੰਘ ਮੁੜ ਤੋਂ ਪਾਰਟਿਸਿਪੇਟ ਕਰਨ ਜਾ ਰਿਹਾ ਹੈ। ਨਹੀਂ ਮੈਡਮ, ਪਾਰਟੀ ਬੱਚਾ ਪਾਰਟਿਸਿਪੇਟ ਨਹੀਂ ਕਰ ਰਿਹਾ ਜੀ। ਪਾਰਟਿਸਿਪੇਟ ਕਿਉਂ ਨਹੀਂ ਕਰ ਰਿਹਾ ਰਿਆਜ਼ ਪ੍ਰਤਾਪ? ਕਿਉਂਕਿ ਉਹ ਤਾਂ ਕਹਿ ਰਹੇ ਨੇ ਵੀ ਹੈਲਮੇਟ ਪਾ ਕੇ ਹੀ ਕਰਨਾ ਪਏਗਾ ਕਿਉਂਕਿ ਇਹ ਸੇਫਟੀ ਮੈਜ਼ਰਸ ਕਰਕੇ ਹੈ। ਮੈਡਮ, ਪਤਾ ਕੀ, ਦੇਖੋ ਜਿਸ ਵਿਵਾਦ ਕਰਕੇ ਸਾਡੇ ਬੱਚੇ ਨੂੰ ਕੱਢਿਆ ਗਿਆ ਮਤਲਬ ਉਹੀ ਇੰਚਾਰਜ ਮੌਕੇ ਤੇ ਅੱਜ ਵੀ ਮੌਜੂਦ ਨੇ ਜੀ। ਜੀ ਠੀਕ ਆ, ਉਹੀ ਸਾਰਾ ਵਿਭਾਗ ਆ, ਉਹੀ ਡਿਪਾਰਟਮੈਂਟ ਹੈ, ਐਵੇਂ ਅਸੀਂ ਬੱਚੇ ਨੂੰ ਕਿਵੇਂ ਪਾਰਟੀਸਪੇਟ ਵਾਸਤੇ ਭੇਜ ਸਕਦੇ ਹਾਂ? ਜਦੋਂ ਤੱਕ ਸਾਡਾ ਇਸ ਸੰਬੰਧੀ ਚਲੋ ਪੂਰੀ ਸੰਤੁਸ਼ਟੀ ਨਹੀਂ ਹੁੰਦੀ ਤਾਂ ਉਸ ਤੱਕ ਬੱਚਾ ਪਾਰਟੀਸਪੇਟ ਨਹੀਂ ਕਰੇਗਾ। ਜਿਹੜੇ ਉੱਪਰਲੇ ਵਿਭਾਗ ਦੇ ਅਧਿਕਾਰੀ ਆ ਸਹੀ ਤਰ੍ਹਾਂ ਉੱਥੇ ਕੋਈ ਸਾਨੂੰ ਲੱਗੇਗਾ ਵੀ ਉੱਪਰ ਜਿਹੜੇ ਇਮਾਨਦਾਰ ਜਿਹੜੇ ਸਹੀ ਢੰਗ ਨਾਲ ਜਿਹੜੇ ਉੱਪਰ ਇੰਚਾਰਜ ਲਾਏਗੀ ਸਰਕਾਰ ਤਾਂ ਫਿਰ ਬੱਚਾ ਗੇਮ ਬਾਰੇ ਸੋਚੇਗਾ, ਨਹੀਂ ਬੱਚਾ ਨਹੀਂ ਗੇਮ ਬਾਰੇ ਨਹੀਂ ਪਾਰਟੀਸਪੇਟ ਕਰੇਗਾ ਬੱਚਾ ਖੇਡ ਦੇ ਵਿੱਚ। ਜੀ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਅਸੀਂ ਕੋਈ ਵਿਤਕਰਾ ਨਹੀਂ ਕੀਤਾ, ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਰਿਆਜ਼ ਪ੍ਰਤਾਪ ਸਿੰਘ ਨੂੰ ਕਿ ਵੀ ਤੁਸੀਂ ਹੈਲਮਟ ਨਹੀਂ ਪਾਇਆ ਇਸ ਕਰਕੇ ਤੁਸੀਂ ਖੇਡ ਨਹੀਂ ਸਕਦੇ। ਮੈਡਮ, ਗੱਲ ਇਹ ਹੁੰਦੀ ਹੈ ਜੀ, ਮਤਲਬ ਇੱਕ ਸਟਾਰਟਿੰਗ ਕਿਸੇ ਗੇਮ ਦੀ ਸ਼ੁਰੂਆਤ ਹੁੰਦੀ ਆ, ਤਾਂ ਗੇਮ ਦੀ ਸ਼ੁਰੂਆਤ ਦੇ ਵਿੱਚ ਜਿੱਥੇ ਬੱਚੇ ਦੇ ਹੈਲਮਟ ਜ਼ਰੂਰੀ ਆ ਤਾਂ ਉਹ ਇੱਕ ਪੈਰਾਂ ਦੇ ਵਿੱਚ ਸਕੇਟਸ ਪਾਏ ਹੁੰਦੇ ਆ, ਜੇ ਇਹ ਕਹਿੰਦੇ ਆ ਵੀ ਉਹ ਵੀ ਜ਼ਰੂਰੀ ਹੈ ਬੱਚਾ ਐਵੇਂ ਤਾਂ ਕੋਈ ਬਿਨਾਂ ਬਿਨਾਂ ਸਕੇਟਸ ਤੋਂ ਵੀ ਉੱਥੇ ਰੇਸ ਰੋਣ ਲੱਗ ਜਾਏਗਾ ਕਿ ਉੱਥੇ ਜਿਹੜਾ ਸਟਾਰਟਰ ਆ ਜਾਂ ਉੱਥੇ ਕੋਈ ਬੱਚਾ ਸਕੂਟੀ ਲੈ ਕੇ ਮਤਲਬ ਉਹਦੇ ਵਿੱਚ ਗਰਾਊਂਡ ਵਿੱਚ ਉਹ ਦੂਜੇ ਬੱਚੇ ਸਕੇਟਸ ਨਾਲ ਰੇਸ ਲਾ ਰਹੇ ਆ, ਸਕੂਟੀ ਨਾਲ ਰੇਸ ਲਾਉਣ ਲੱਗ ਜਾਏ, ਕੀ ਇਸ ਨੂੰ ਇਹ ਸਟਾਰਟਰ ਆ ਜਿਹੜਾ ਉਹ ਪਰਮਿਸ਼ਨ ਦੇਵੇਗਾ ਵੀ ਤੂੰ ਵੀ ਤੂੰ ਆਪਣੀ ਸਟਾਰਟ ਕਰ ਦੇ ਗੇਮ, ਤੂੰ ਸਕੂਟੀ ਤੇ ਸਟਾਰਟ ਕਰ ਦੇ ਜਾਂ ਤੁਸੀਂ ਮੰਨ ਲਓ ਇੱਦਾਂ। ਇਹ ਤਾਂ ਮਤਲਬ ਸਟਾਰਟਰ ਦੀ ਗਲਤੀ ਹੈ, ਜਦੋਂ ਉਹਨੇ ਸ਼ੁਰੂਆਤ ਕੀਤੀ ਸੀਗੀ ਤਾਂ ਉਹ ਟਾਈਮ ਤੇ ਇਹਨਾਂ ਨੂੰ ਮਤਲਬ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹ ਚੀਜ਼ ਪੂਰੀ ਦੇਖਣੀ ਚਾਹੀਦੀ ਸੀ ਕਿ ਬੱਚਾ ਪੂਰੀ ਯੂਨੀਫਾਰਮ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਜੀ। ਜੀ, ਇਸ ਤੋਂ ਬਾਅਦ ਫਿਰ ਤੁਸੀਂ ਪਰਮਜੀਤ ਸਿੰਘ ਸੋਹੀ ਦੇ ਨਾਲ ਹੁਣ ਕੋਈ ਗੱਲਬਾਤ ਹੋਈ ਤੁਹਾਡੀ? ਮੈਨੂੰ ਕੱਲ ਆਏ ਸੀਗੇ ਪਰਮਜੀਤ, ਉੱਥੇ ਉਹਨਾਂ ਟੀਮ ਪੂਰੀ ਆਈ ਸੀ ਡੀ ਆਫਿਸ ਦੇ ਵਿੱਚੋਂ, ਤੇ ਉਹਦੇ ਵਿੱਚ ਬਸ ਇਹੀ ਸੀਗਾ, ਅਸੀਂ ਆਪਣਾ ਪੱਖ ਰੱਖਿਆ ਸੀ ਅਸੀਂ ਵੀ ਇਸ ਬਾਰੇ ਸਾਡੀ ਤਾਂ ਸਰਕਾਰ ਕੋਲ ਇਹੀ ਮੰਗ ਸੀ ਵੀ ਜਿਹੜਾ ਸਾਡੇ ਬੱਚੇ ਧੱਕਾ ਹੋਇਆ ਕਿਸੇ ਹੋਰ ਦੇ ਬੱਚੇ ਨੇ, ਇਸ ਤਰ੍ਹਾਂ ਦਾ ਧੱਕਾ ਨਾ ਹੋਵੇ ਜੀ। ਜੀ, ਇੱਕ ਤੁਸੀਂ ਕਹਿ ਰਹੇ ਸੀਗੇ ਕਿ ਪਰਮਜੀਤ ਸਿੰਘ ਸੋਹੀ ਦੇ ਖਿਲਾਫ ਵੀ ਤੁਸੀਂ ਐਕਸ਼ਨ ਦੀ ਮੰਗ ਕਰ ਰਹੇ ਹੋ, ਇਸ ਦੇ ਬਾਰੇ ਵੀ ਤੁਸੀਂ ਕੋਈ ਗੱਲ ਕੀਤੀ? ਹਾਂਜੀ ਮੈਡਮ, ਜੋ ਸਾਡੇ ਬੱਚੇ ਨਾਲ ਜਿਸਨੇ ਧੱਕਾ ਕੀਤਾ ਉਸ ਇੰਚਾਰਜ ਪਰਮਜੀਤ ਸਿੰਘ ਸੋਹੀ ਨੇ ਧੱਕਾ ਕੀਤਾ, ਅਸੀਂ ਇਸ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਇਸ ਤਰ੍ਹਾਂ ਦੇ ਜਿਹੜੇ ਇੰਚਾਰਜ ਲਗਾਏ ਹੋਏ ਆ ਨਹੀਂ ਲਗਾਉਣੇ ਚਾਹੀਦੇ। ਜੀ, ਜਦੋਂ ਕੱਲ ਐਸ ਡੀ ਐਮ ਦਫ਼ਤਰ ਗੱਲ ਹੋਈ ਹੈ ਉਦੋਂ ਤੁਸੀਂ ਇਹ ਮਸਲਾ ਚੱਕਿਆ ਸੀ ਉੱਥੇ? ਮੈਡਮ, ਅਸੀਂ ਆਪਣਾ ਪੱਖ ਰੱਖਿਆ ਸੀ, ਉਹ ਕਹਿੰਦੇ ਸੀ ਇਹ ਸਰਕਾਰ ਦੇ ਕੰਮ ਨੇ ਵੀ ਇੱਥੇ ਸਰਕਾਰ ਕਿਸ ਤਰ੍ਹਾਂ ਕੰਮ ਕਰਦੀ ਹੈ ਜੀ, ਸਰਕਾਰ ਨੇ ਦੇਖਣਾ ਜੀ।